ਸਸਿਕਾਲ ਦੋਸਤੋ ਮਸਤਾਨੇ ਫਿਲਮ ਇਸ ਸਮੇਂ ਦੀ ਸਭ ਤੋਂ ਵੱਡੀ ਪੰਜਾਬੀ ਫਿਲਮ ਬਣ ਚੁੱਕੀ ਹੈ। ਤਕਰੀਬਨ ਆਲ ਓਵਰ ਵਰਲਡ ਦੇ ਵਿੱਚ 143 ਕਰੋੜ ਦੀ ਗ੍ਰੋਸ ਕਲੈਕਸ਼ਨ ਕੀਤੀ ਹੈ ਮਸਤਾਨੇ ਫਿਲਮ ਨੇ। ਪੰਜਾਬੀ ਸਿਨੇਮੇ ਨੂੰ ਬਹੁਤ ਲੰਬੇ ਸਮੇਂ ਤੋਂ ਉਡੀਕ ਸੀ ਇੱਕ ਅਜਿਹੀ ਫਿਲਮ ਦੀ ਜਿਹੜੀ ਪੰਜਾਬੀ ਸਿਨੇਮੇ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਕੇ ਰੱਖ ਦੇਵੇ। ਸੋ ਮਸਤਾਨੇ ਉਹਨਾਂ ਸਾਰੀਆਂ ਉਮੀਦਾਂ ਦੇ ਉੱਪਰ ਖਰੀ ਉੱतरी ਹੈ। ਹਰ ਪਾਸਿਓਂ ਮਜਬੂਤ ਸੀ ਫਿਲਮ 5 ਸਾਲ ਦੀ ਲੰਬੀ ਮਿਹਨਤ ਦੇ ਨਾਲ ਬਣਾਈ ਗਈ ਸੀ। ਤਰਸੇਮ ਜੱਸੜ ਤੇ ਉਹਨਾਂ ਦੀ ਟੀਮ ਨੇ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਮਸਤਾਨੇ ਫਿਲਮ ਦੀ ਮੇਕਿੰਗ ਦੇ ਲਈ। ਮਸਤਾਨੇ ਫਿਲਮ ਦੇ ਵਿੱਚ ਨਿਭਾਇਆ ਗਿਆ ਹਰੇਕ ਕਿਰਦਾਰ ਇਸ ਸਮੇਂ ਅਮਰ ਹੋ ਚੁੱਕਿਆ ਹੈ। ਸਾਰੇ ਪੰਜਾਬੀਆਂ ਨੇ ਵੀ ਦਿਲੋਂ ਸਪੋਰਟ ਕੀਤੀ ਸੀ ਇਸ ਫਿਲਮ ਦੀ। ਸੋਸ਼ਲ ਮੀਡੀਆ ਮੀਡੀਆ ਸਾਰੇ ਪਾਸੇ ਪੰਜਾਬੀਆਂ ਨੇ ਪੂਰਾ ਜੋਰ ਲਗਾਇਆ ਸੀ ਕਿ ਇਸ ਫਿਲਮ ਨੂੰ ਇੱਕ ਚੰਗਾ ਰਿਸਪਾਂਸ ਮਿਲ ਸਕੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਸਿਨੇਮੇ ਨੂੰ ਵੀ ਇੱਕ ਵਧੀਆ ਪਲੇਟਫਾਰਮ ਮਿਲ ਸਕੇ ਤੇ ਵਧੀਆ ਤੋਂ ਵਧੀਆ ਫਿਲਮਾਂ ਦਰਸ਼ਕਾਂ ਤੱਕ ਜਰੂਰ ਪਹੁੰਚਦੀਆਂ ਹੋਣ ਸੋ ਇਸ ਕਰਕੇ ਮਸਤਾਨੇ ਨੂੰ ਸਾਰੇ ਪੰਜਾਬ ਨੇ ਦਿਲੋਂ ਸਪੋਰਟ ਕੀਤਾ ਸੀ ਤੇ ਮਸਤਾਨੇ ਇਸ ਸਮੇਂ ਪੂਰੇ ਪੰਜਾਬ ਦੀ ਸਭ ਤੋਂ ਵੱਡੀ ਫਿਲਮ ਬਣ ਗਈ ਹੈ ਇਸ ਤੋਂ ਪਹਿਲਾਂ ਕੈਰੀਅਨ ਜੱਟਾ 3 ਨੇ 104 ਕਰੋੜ ਰੁਪਏ ਦਾ ਬਿਜ਼ਨਸ ਕੀਤਾ ਸੀ 올 ਓਵਰ ਵਰਲਡ ਦੇ ਵਿੱਚ ਜੋ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ ਰਿਕਾਰਡ ਸੀ ਪਰ ਇਹ ਰਿਕਾਰਡ ਜਿਆਦਾ ਦੇਰ ਤੱਕ ਨਹੀਂ ਟਿਕ ਸਕਿਆ ਕਿਉਂਕਿ ਉਸ ਤੋਂ ਕੁਝ ਸਮੇਂ ਬਾਅਦ ਹੀ ਮਸਤਾਨੇ ਨੇ ਇਸ ਰਿਕਾਰਡ ਨੂੰ ਟੇਕਓਵਰ ਕਰ ਲਿਆ ਸੀ ਮਸਤਾਨੇ ਫਿਲਮ ਦੀ ਰਿਕਾਰਡ ਤੋੜ ਸਫਲਤਾ ਤੋਂ ਬਾਅਦ ਹੁਣ ਇੱਕ ਹੋਰ ਅਜਿਹੀ ਘਟਨਾ ਦੇ ਉੱਪਰ ਹੀ ਫਿਲਮ ਬਣਨ ਜਾ ਰਹੀ ਹੈ ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਮਹੱਤਵ ਰੱਖਦੀ ਹੈ 1914 ਦੇ ਵਿੱਚ ਇਹ ਘਟਨਾ ਹੋਈ ਸੀ ਪੰਜਾਬ ਤੋਂ ਸਿੱਖਾਂ ਦਾ ਇੱਕ ਜਹਾਜ਼ ਭਰ ਕੇ ਕੈਨੇਡਾ ਨੂੰ ਗਿਆ ਸੀ ਪਰ ਕੈਨੇਡਾ ਨੇ ਉਹ ਜਹਾਜ਼ ਵਾਪਸ ਕਰ ਦਿੱਤਾ ਸੀ ਉਸ ਜਹਾਜ਼ ਦਾ ਨਾਮ ਸੀ ਕਾਮਾਗਾਟਾ ਮਾਰੂ ਸੋ ਜਦੋਂ ਇਹ ਘਟਨਾ ਹੋਈ ਸੀ ਤਾਂ ਇਸ ਦਾ ਵੀ ਬਹੁਤ ਵੱਡਾ ਵਿਵਾਦ ਹੋਇਆ ਸੀ ਬਹੁਤ ਵੱਡਾ ਰੋਲ ਸੀ ਆਜ਼ਾਦੀ ਦੀ ਲੜਾਈ ਦੇ ਵਿੱਚ ਪਰ ਹਮੇਸ਼ਾ ਇਸ ਇਤਿਹਾਸ ਨੂੰ ਲੁਕੋ ਕੇ ਹੀ ਰੱਖਿਆ ਗਿਆ ਜੋ 22 ਸਿਮਰਜੀਤ ਸਿੰਘ ਹੁਣ ਵੱਡੇ ਪਰਦੇ ਤੇ ਲੈ ਕੇ ਆਉਣਗੇ ਤੇ ਸਾਰਿਆਂ ਨੂੰ ਬਹੁਤ ਵਧਾਈ ਇਸ ਫਿਲਮ ਲਈ